ਪਾਰਤ ਦੇ ਵਿਦੇਸ਼ ਮੰਤਰੀ ਐਸਜੀ ਸ਼ੰਕਰ ਨੇ ਕਿਹਾ ਕਿ ਅਮਰੀਕਾ ਆਪਣੀਆਂ ਗਲੋਬਲ ਵਚਨ ਬੱਧਤਾਵਾਂ ਨੂੰ ਲੈ ਕੇ ਬਹੁਤ ਸਾਵਧਾਨ ਹੋ ਗਿਆ ਹੈ ਐਸਜੀ ਸ਼ੰਕਰ ਆਸਟ੍ਰੇਲੀਆ ਦੇ ਪੰਜ ਦਿਨਾ ਦੌਰੇ ਤੇ ਨੇ ਐਸਜੀ ਸ਼ੰਕਰ ਨੇ ਕੈਨਬਰਾ ਆਸਟ੍ਰੇਲੀਆ ਚ ਰਾਈਸਨਰ ਡਾਊਨ ਅੰਡਰ ਇਵੈਂਟ ਚ ਕਿਹਾ ਕਿ ਵਿਸ਼ਵ ਵਰਕਪਲੇਸ ਦੀ ਤਿਆਰੀ ਭਾਰਤ ਲਈ ਪ੍ਰਮੁੱਖ ਤਿੰਨ ਤਰਜੀਹਾਂ ਵਿੱਚੋਂ ਇੱਕ ਹੋਵੇਗੀ ਸਿੱਖਿਆ ਗਤੀਸ਼ੀਲਤਾ ਤੇ ਟੈਕਨੋਲੋਜੀ ਵਰਗੇ ਮੁੱਦਿਆਂ ਨੂੰ ਦੋਵਾਂ ਦੇਸ਼ਾਂ ਵੱਲੋਂ ਮਿਲ ਕੇ ਹੱਲ ਕਰਨ ਦੀ ਲੋੜ ਹੈ